ਚੌਪੜ ਝਾਤ ਮਾਰੀ ਹੈ ਅਤੇ ਤੁਸੀਂ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਸੀ। ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਇਸ ਗੱਲ ਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਮੈਂ ਦਿਲੋਂ ਸਪੋਰਟ ਕੀਤਾ ਸੀਗਾ, ਮੈਨੂੰ ਇਹ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਵਰਗੀ ਨਹੀਂ ਰਹੂਗੀ। ਪਰ ਅੱਜ ਇਹ ਦੁੱਖ ਲੱਗਦਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਦੂਜੇ ਪਾਰਟੀਆਂ ਦੇ ਜਿਹੜੇ ਸਰੋਪੇ ਪਾਏ ਜਾ ਰਹੇ ਨੇ। ਖਾਸ ਚਿਹਰੇ ਮੈਦਾਨ 'ਚ ਉਤਾਰੇ ਗਏ ਹੈ ਕੈਬਨਿਟ ਮੰਤਰੀ, ਕੀ ਗੱਲ ਆਮ ਆਦਮੀ ਪਾਰਟੀ ਨੂੰ 2022 ਦੇ ਵਾਂਗ ਕੋਈ ਆਮ ਚਿਹਰੇ ਨਹੀਂ ਲੱਭੇ ਚੋਣਾਂ 'ਚ? ਇਹ ਗੱਲ ਦਾ ਰੋਸ ਹੈਗਾ ਆ ਸਾਡੇ ਦਿਲ ਦੇ ਵਿੱਚ। ਸੋਨੀਆ ਮਾਨ ਦੀ ਕੋਈ ਟਿਕਟ ਨਹੀਂ ਮੰਗੀ? ਸੋ ਵੇਖੋ, ਮੈਨੂੰ ਟਿਕਟ ਦਿੱਤੀ ਸੀਗੀ ਇਹਨਾਂ ਨੇ, ਮੈਨੂੰ ਹੁਣ ਵੀ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜੁਆਇਨ ਕਰੋ, ਬਟ ਮੇਰਾ ਜ਼ਮੀਰ ਜਾਗਦਾ ਬਾਈ। ਅਸੀਂ ਆਪਣੀ ਪਾਰਟੀ ਨੂੰ ਵੱਡੇ ਵੱਡੇ ਹੋਰਡਿੰਗ ਨਾਲ ਨਾ ਲਿਸ਼ਕਾਈਏ। ਉਹ ਜਿਹੜੇ ਹੋਰਡਿੰਗ 'ਤੇ ਪੈਸੇ ਖਰਚੇ ਜਾਂਦੇ ਆ ਨਾ, ਆਪਣੇ ਵਰਕਰਾਂ ਨੂੰ ਕਹੋ ਕਿ ਉਹ ਪੈਸੇ ਕਿਸੇ ਗਰੀਬ ਦੀ ਮਦਦ ਕਰ ਦੇਣ, ਕਿਸੇ ਦਾ ਇਲਾਜ ਕਰਵਾ ਦੇਣ। ਮੈਨੂੰ ਆਹ ਥੋੜ੍ਹੇ ਦਿਨ ਪਹਿਲਾਂ ਮੈਨੂੰ ਪੈਸਿਆਂ ਦੀ ਵੀ ਔਫਰ ਹੋ ਗਈ ਸਾਡੀ ਕੈਂਪੇਨ ਕਰਦੇ। ਮੈਨੂੰ ਪੈਸੇ ਮੈਟਰ ਨਹੀਂ ਕਰਦੇ, ਜੇ ਮੈਨੂੰ ਪੈਸੇ ਮੈਟਰ ਕਰਦੇ ਹੁੰਦੇ ਮੈਂ ਆਪਣਾ ਕਰੀਅਰ ਛੱਡ ਕੇ ਇੱਥੇ ਤੁਹਾਡੇ ਸਾਹਮਣੇ ਨਹੀਂ ਬੈਠੀ ਹੁੰਦੀ। ਕਿ ਅੱਜ ਦੀ ਡੇਟ ਦੇ ਵਿੱਚ ਸਾਰੇ ਇਹ ਸੋਚਦੇ ਆ ਕਿ ਸਾਡੇ ਕੋਲ ਤਾਂ ਪੈਸਾ ਨਹੀਂ ਹੈਗਾ, ਅਸੀਂ ਇਲੈਕਸ਼ਨ ਕਿਵੇਂ ਲੜਾਂਗੇ? ਇਹ ਗੱਲ ਆਪਣੇ ਦਿਮਾਗ 'ਚੋਂ ਕੱਢ ਦਿਓ। ਤੁਸੀਂ ਪੈਸੇ ਖਰਚ ਕੇ ਇਲੈਕਸ਼ਨ ਨਹੀਂ ਲੜਨੀ, ਅਸੀਂ ਤਾਂ ਕਰਪਸ਼ਨ ਖਤਮ ਕਰਨੀ ਹੈ, ਅਸੀਂ ਥੋੜ੍ਹਾ ਨਾ ਸੂਟ ਵੰਡਣੇ ਹੈ, ਅਸੀਂ ਥੋੜ੍ਹਾ ਨਾ ਸ਼ਰਾਬ ਦੀਆਂ ਬੋਤਲਾਂ ਵੰਡਣੀਆਂ ਨੇ। ਲੋਕ ਸਭਾ ਚੋਣਾਂ ਦੇ ਵਿੱਚ ਨੈਸ਼ਨਲ ਅਤੇ ਖੇਤਰੀ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਲਗਾਤਾਰ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨਿਤਰ ਰਹੇ ਨੇ। ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਇੱਕ ਸਮਾਜ ਸੇਵੀ ਰੇਸ਼ਮ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ। ਔਰ ਸਭ ਤੋਂ ਅਹਿਮ ਗੱਲ, ਰੇਸ਼ਮ ਸਿੰਘ ਦੀ ਆਵਾਜ਼ ਬੁਲੰਦ ਕਰਨ ਦੇ ਲਈ ਉਹਨਾਂ ਦੇ ਨਾਲ ਮੈਦਾਨ ਦੇ ਵਿੱਚ ਉਤਰੇ ਨੇ ਪੰਜਾਬ ਦੇ ਸਿਨੇਮਾ ਜਗਤ ਦਾ, ਮਾਡਲਿੰਗ ਖੇਤਰ ਦਾ ਇੱਕ ਜਾਣਿਆ ਮਾਣਿਆ ਚਿਹਰਾ ਸੋਨੀਆ ਮਾਨ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੋਨੀਆ ਮਾਨ ਹਰਾਂ ਦੇ ਨਾਲ, ਕਿਉਂਕਿ ਪਿਛੋਕੜ ਝਾਤ ਮਾਰੀ ਹੈ ਅਤੇ ਤੁਸੀਂ ਆਮ ਆਦਮੀ ਪਾਰਟੀ ਦੇ ਝੰਡਾ ਬੁਲੰਦ ਕੀਤਾ ਸੀ, ਪਰ ਹੁਣ ਉਸ ਪਾਰਟੀ ਜਿਹੜੀ ਮੌਜੂਦਾ ਸਮੇਂ ਸੱਤਾ 'ਚ ਹੈ ਉਹਨੂੰ ਛੱਡ ਕੇ ਤੁਸੀਂ ਇੱਕ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਨਿਤਰੇ? ਵੇਖੋ, ਮੇਰੀ ਇਹ ਕੋਸ਼ਿਸ਼ ਰਹੀ ਹੈ ਹਮੇਸ਼ਾ ਮੈਂ ਚੰਗੇ ਇਨਸਾਨਾਂ ਦੀ ਸਪੋਰਟ ਕਰਾਂ। ਜਦੋਂ ਆਮ ਆਦਮੀ ਪਾਰਟੀ ਆਈ ਸੀਗੀ, ਇੱਕ ਨਵੀਂ ਸੋਚ ਲੈ ਕੇ ਪਾਰਟੀ ਆਈ ਸੀਗੀ, ਮੈਂ ਉਹਦੀ ਸਪੋਰਟ ਕੀਤੀ ਸੀਗੀ। ਔਰ ਮੈਨੂੰ ਇਹ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਵਰਗੀ ਨਹੀਂ ਰਹੂਗੀ। ਪਰ ਅੱਜ ਇਹ ਦੁੱਖ ਲੱਗਦਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਦੂਜੇ ਪਾਰਟੀਆਂ ਦੇ ਜਿਹੜੇ ਸਰੋਪੇ ਪਾਏ ਜਾ ਰਹੇ ਨੇ, ਕਿਉਂਕਿ ਉਹਨਾਂ ਤੋਂ ਅੱਕ ਕੇ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾਇਆ ਸੀਗਾ। ਸੋ ਸਾਨੂੰ ਨਹੀਂ ਚੰਗਾ ਲੱਗਦਾ ਇਹ ਦੇਖ ਕੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਜਿਹੜੇ ਲੋਕ ਜਾ ਰਹੇ ਨੇ। ਔਰ ਅੱਜ ਰੇਸ਼ਮ ਹੈ, ਇਹਦੇ ਪਿੱਛੇ ਕੋਈ ਪਾਰਟੀ ਦਾ ਝੰਡਾ ਨਹੀਂ, ਨਾ ਇਹਦੇ ਕੋਲ ਕਰੋੜਾਂ ਰੁਪਈਆ ਆ, ਆਮ ਘਰ ਦਾ ਮੁੰਡਾ ਆ, ਬਟ ਇਹਨੇ ਲੋਕਾਂ ਵਾਸਤੇ ਬਹੁਤ ਆਵਾਜ਼ ਚੁੱਕੀ ਹੈ। ਇਹਨੇ ਮੇਰੇ ਅੱਗੇ ਇਸ ਗੱਲ ਦੇ ਉੱਤੇ ਕਿਹਾ ਕਿ ਮੈਡਮ ਤੁਸੀਂ ਇਲੈਕਸ਼ਨ ਲੜੋ। ਮੈਂ ਕਿਹਾ ਮੈਂ ਨਹੀਂ ਲੜਨੀ। ਕਹਿੰਦੇ ਅਸੀਂ ਲੜ ਲਈਏ। ਮੈਂ ਕਿਹਾ ਲੜੋ, ਅਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਜਦੋਂ ਕੋਈ ਇਨਸਾਨ ਤੁਹਾਡੇ ਨਾਲ ਰਿਹਾ ਹੋਵੇ ਤੁਹਾਨੂੰ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ। ਬਗਤਾਏ ਕਿ ਇਹ ਵੇਖਣਾ ਵੀ ਇਹ ਕਿੰਨਾ ਪਾਵਰਫੁੱਲ ਹੈ। ਵੇਖੋ, ਪਾਵਰਫੁੱਲ ਤਾਂ ਆਪਣੀ ਜਨਤਾ ਬਣਾਉਂਦੀ ਹੈ, ਆਪਣੇ ਲੋਕ ਬਣਾਉਂਦੇ ਆ ਵੋਟਾਂ ਰਾਹੀਂ, ਅਸੀਂ ਕੁਛ ਨਹੀਂ ਹੁੰਦੇ। ਸੋ ਮੇਰੀ ਤਾਂ ਇਹੀ ਬੇਨਤੀ ਹੈ ਲੋਕਾਂ ਦੇ ਅੱਗੇ ਕਿ ਆਪਾਂ ਨੂੰ ਨੌਜਵਾਨ ਪੀੜ੍ਹੀ ਨੂੰ। ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਵੱਲੋਂ ਖਾਸ ਚਿਹਰੇ ਮੈਦਾਨ 'ਚ ਉਤਾਰੇ ਗਏ ਹੈ ਕੈਬਨਿਟ ਮੰਤਰੀ, ਕੀ ਗੱਲ ਆਮ ਆਦਮੀ ਪਾਰਟੀ ਨੂੰ 2022 ਦੇ ਵਾਂਗ ਕੋਈ ਆਮ ਚਿਹਰੇ ਨਹੀਂ ਲੱਭੇ ਚੋਣਾਂ 'ਚ ਉਤਾਰਨ? ਉਹੀ ਗਲਤ ਗੱਲ ਹੈ ਨਾ, ਆਮ ਆਦਮੀ ਪਾਰਟੀ ਨੂੰ ਆਮ ਚਿਹਰੇ ਲੱਭਣੇ ਚਾਹੀਦੇ ਸੀਗੇ ਨਾ, ਜਿਹੜੇ ਵਰਕਰ ਥੱਲੇ ਬੈਠੇ ਸੀਗੇ ਕੰਮ ਕਰਦੇ ਸੀਗੇ ਪਾਰਟੀ ਵਾਸਤੇ, ਉਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਸੀਗੀਆਂ, ਨਹੀਂ ਦਿੱਤੀਆਂ ਗਈਆਂ। ਕਿ ਅੱਜ ਦੀ ਡੇਟ ਦੇ ਵਿੱਚ ਸਾਰੇ ਇਹ ਸੋਚਦੇ ਆ ਕਿ ਸਾਡੇ ਕੋਲ ਤਾਂ ਪੈਸਾ ਨਹੀਂ ਹੈਗਾ, ਅਸੀਂ ਇਲੈਕਸ਼ਨ ਕਿਵੇਂ ਲੜਾਂਗੇ? ਇਹ ਗੱਲ ਆਪਣੇ ਦਿਮਾਗ 'ਚੋਂ ਕੱਢ ਦਿਓ। ਤੁਸੀਂ ਪੈਸੇ ਖਰਚ ਕੇ ਇਲੈਕਸ਼ਨ ਨਹੀਂ ਲੜਨੀ, ਅਸੀਂ ਤਾਂ ਕਰਪਸ਼ਨ ਖਤਮ ਕਰਨੀ ਹੈ, ਅਸੀਂ ਥੋੜ੍ਹਾ ਨਾ ਸੂਟ ਵੰਡਣੇ ਹੈ, ਅਸੀਂ ਥੋੜ੍ਹਾ ਨਾ ਸ਼ਰਾਬ ਦੀਆਂ ਬੋਤਲਾਂ ਵੰਡਣੀਆਂ ਨੇ। ਜੇ ਅਸੀਂ ਕਰਪਸ਼ਨ ਕਰਾਂਗੇ ਤਾਂ ਕਰਪਸ਼ਨ ਰੋਕਾਂਗੇ ਕਿਵੇਂ? 2022 'ਚ ਬੜਾ ਵੱਡਾ ਫਤਵਾ ਦਿੱਤਾ ਪੰਜਾਬ ਦੀ ਜਨਤਾ ਨੇ, ਜਿਸ ਬਦਲਾਅ ਦੇ ਨਾਂ 'ਤੇ ਇਹ ਫਤਵਾ ਮਿਲਿਆ ਸੀ, ਲੱਗਦਾ 2 ਸਾਲਾਂ 'ਚ ਬਦਲਾਅ ਦਾ ਥੋੜ੍ਹਾ ਬਹੁਤ? ਵੇਖੋ, ਮੇਰੀ ਗੱਲ ਸੁਣੋ, ਸਭ ਤੋਂ ਪਹਿਲੀ ਗੱਲ ਤਾਂ ਇਹ, ਫ੍ਰੀ ਕੋਈ ਚੀਜ਼ ਨਹੀਂ ਦੇਣੀ ਚਾਹੀਦੀ। ਜਿਹੜੀ ਫ੍ਰੀ
ਬਿਜਲੀ ਜਾਂ ਫਰੀ ਚੀਜ਼ਾਂ ਜਿਹੜੀਆਂ ਉਹ ਨਹੀਂ ਦੇਣੀਆਂ ਚਾਹੀਦੀਆਂ, ਪੈਸੇ ਚਾਰਜ ਕਰਨੇ ਚਾਹੀਦੇ ਆ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਦੇ। ਔਰ ਕਿਉਂਕਿ ਫਰੀ ਚੀਜ਼ ਚੰਗੀ ਨਹੀਂ ਲੱਗਦੀ ਉਵੇਂ ਵੀ ਆਪਣੇ, ਕਿਉਂਕਿ ਆਪਣੇ ਪੰਜਾਬ ਦਾ ਜਿਹੜਾ ਕਰਜ਼ ਆਪਣਾ ਪੰਜਾਬ ਕਰਜ਼ੇ ਥੱਲੇ ਦੱਬਿਆ ਗਿਆ ਆ। ਆਪਾਂ ਆਪਣੀ ਪਾਰਟੀ ਨੂੰ ਚਮਕਾਉਣ ਦੀਆਂ ਗੱਲਾਂ ਨਾ ਇਕੱਲੀਆਂ ਕਰੀਏ, ਆਪਣਾ ਪੰਜਾਬ ਦਾ ਜਿਹੜਾ ਇਸ ਟਾਈਮ 'ਤੇ ਫਾਈਨੈਂਸ਼ੀਅਲ ਇਕਨੋਮੀ ਆ ਉਹ ਬਿਲਕੁਲ ਥੱਲੇ ਜਾ ਚੁੱਕੀ ਹੈ। ਅਸੀਂ ਆਪਣੀ ਪਾਰਟੀ ਨੂੰ ਵੱਡੇ ਵੱਡੇ ਹੋਰਡਿੰਗ ਨਾਲ ਨਾ ਲਿਸ਼ਕਾਈਏ, ਉਹ ਜਿਹੜੇ ਹੋਰਡਿੰਗ 'ਤੇ ਪੈਸੇ ਖਰਚੇ ਜਾਂਦੇ ਆ ਨਾ ਆਪਣੇ ਵਰਕਰਾਂ ਨੂੰ, ਕਹੋ ਕਿ ਉਹ ਪੈਸੇ ਕਿਸੇ ਗਰੀਬ ਦੀ ਮਦਦ ਕਰ ਦੇਣ, ਕਿਸੇ ਦਾ ਇਲਾਜ ਕਰਵਾ ਦੇਣ। ਅੱਜ ਸਾਡੇ ਪਿੰਡਾਂ ਦਾ ਅਜੇ ਤੱਕ ਅਜਨਾਲੇ ਦੇ ਰਮਦਾਸ ਵਾਲੇ ਪਿੰਡਾਂ ਵੱਲ ਜਾ ਕੇ ਦੇਖੋ, ਅੱਜ ਐਂ ਲੱਗਦਾ ਹੈ ਕਿ ਉਹ ਸਾਡੇ ਤੋਂ 15 ਸਾਲ ਪਿੱਛੇ ਨੇ, ਇੰਨੇ ਪਿੱਛੇ ਨੇ। ਕੈਂਸਰ ਵਰਗੀ ਬਿਮਾਰੀ ਉਹਨਾਂ ਦੇ ਘਰ ਦੇ ਵਿੱਚ ਆ, ਉਹਨਾਂ ਕੋਲ ਇਲਾਜ ਕਰਵਾਉਣ ਜੋਗੇ ਪੈਸੇ ਨਹੀਂ ਹੈਗੇ, ਉਹਨਾਂ ਕੋਲ ਬੱਸ ਦੇ ਪੈਸੇ ਦੇਣ ਜੋਗੇ ਨਹੀਂ, ਇੱਥੋਂ ਤੱਕ ਭਾੜਾ ਭਰਨ ਜੋਗੇ ਪੈਸੇ ਨਹੀਂ ਹੈਗੇ। ਆ ਇੱਥੇ ਗੁਰੂ ਨਾਨਕ ਹੋਸਪਿਟਲ ਦੇ ਵਿੱਚ ਜਾਈਦਾ ਹੈ, ਜਦੋਂ ਤੱਕ ਸਿਫਾਰਸ਼ ਨਾ ਪਾ ਦਿਓ ਉਦੋਂ ਤੱਕ ਕੋਈ ਡਾਕਟਰ ਵੇਖਦਾ ਨਹੀਂ ਆ। 11 ਵਜੇ ਆਉਂਦੇ ਨੇ, 2 ਵਜੇ ਚਲ ਜਾਂਦੇ ਨੇ, ਕਾਰਡ ਫੜਾ ਕੇ ਚਲ ਜਾਂਦੇ ਨੇ, 1000 ਰੁਪਇਆ ਫੀਸ ਕੋਈ ਨਹੀਂ ਭਰ ਸਕਦਾ, ਕਿਵੇਂ ਚਲ ਜੂਗਾ ਕੋਈ ਕਿਸੇ ਦੇ ਘਰੇ? ਇੱਕ ਸਾਰੀ ਕ੍ਰਾਂਤੀ ਨਹੀਂ ਨਜ਼ਰ ਆ ਰਹੀ ਜਿਸ ਕ੍ਰਾਂਤੀ ਦੇ ਨਾਂ 'ਤੇ ਲੋਕਾਂ ਨੇ ਵੋਟਾਂ ਪਾਈਆਂ? ਨਹੀਂ ਦਿਖ ਰਹੀ ਮੈਨੂੰ। ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਇਸ ਗੱਲ ਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਮੈਂ ਦਿਲੋਂ ਸਪੋਰਟ ਕੀਤਾ ਸੀਗਾ, ਮੈਂ ਅੱਜ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕੁਝ ਲੋਕੀ ਨੇ ਜਿਹੜੇ ਚੰਗੇ ਨੇ, ਕੰਡੀਸ਼ਨਲ ਸਪੋਰਟ ਸੀ ਸੋਨੀਆ ਮਾਨ ਦੀ, ਕੋਈ ਟਿਕਟ ਨਹੀਂ ਮੰਗੀ ਸੋਨੀਆ? ਵੇਖੋ ਮੈਨੂੰ ਟਿਕਟ ਦਿੱਤੀ ਸੀਗੀ ਇਹਨਾਂ ਨੇ, ਮੈਨੂੰ ਹੁਣ ਵੀ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜੁਆਇਨ ਕਰੋ, ਬਟ ਮੇਰਾ ਜ਼ਮੀਰ ਜਾਗਦਾ ਬਾਈ। ਮੈਂ ਆਪਣੇ, ਮੈਨੂੰ ਆਹ ਥੋੜ੍ਹੇ ਦਿਨ ਪਹਿਲਾਂ ਮੈਨੂੰ ਪੈਸਿਆਂ ਦੀ ਵੀ ਔਫਰ ਹੋ ਗਈ ਸਾਡੀ ਕੈਂਪੇਨ ਕਰਦੇ, ਮੈਨੂੰ ਪੈਸੇ ਮੈਟਰ ਨਹੀਂ ਕਰਦੇ। ਜੇ ਮੈਨੂੰ ਪੈਸੇ ਮੈਟਰ ਕਰਦੇ ਹੁੰਦੇ ਮੈਂ ਆਪਣਾ ਕਰੀਅਰ ਛੱਡ ਕੇ ਇੱਥੇ ਤੁਹਾਡੇ ਸਾਹਮਣੇ ਨਹੀਂ ਬੈਠੀ ਹੁੰਦੀ। ਅੱਜ ਮੇਰੇ ਪਾਸਪੋਰਟ 'ਤੇ ਸਾਰੀਆਂ ਕੰਟਰੀਆਂ ਦੇ ਵੀਜ਼ੇ ਨੇ, ਮੈਂ ਬਾਹਰ ਜਾ ਸਕਦੀ ਸੀਗੀ, ਠੀਕ ਹੈ, ਬਾਕੀਆਂ ਬੱਚਿਆਂ ਵਾਂਗੂ, ਬਟ ਨਹੀਂ, ਮੈਨੂੰ ਆਪਣੇ ਪੰਜਾਬ ਦਾ ਦੁੱਖ ਹੈ ਮੇਰੇ ਦਿਲ ਦੇ ਵਿੱਚ, ਮੈਨੂੰ ਆਪਣੇ ਲੋਕਾਂ ਦਾ ਦੁੱਖ ਹੈ। ਮੇਰੇ ਕੋਲ ਮਾਵਾਂ ਰੋਂਦੀਆਂ ਨਹੀਂ ਵੇਖੀਆਂ ਜਾਂਦੀਆਂ ਜਿਨ੍ਹਾਂ ਦੇ ਬੱਚੇ ਉਹਨਾਂ ਦਾ ਸਮਾਨ ਵੇਚ ਦਿੰਦੇ ਨੇ ਡਰੱਗਸ ਦੇ ਪਿੱਛੇ। ਮੌਜੂਦਾ ਪੋਲੀਟੀਕਲ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ? ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਦੋਂ ਵੋਟਾਂ ਮੰਗਣ ਲਈ ਜਾਂਦੇ ਨੇ, ਉਹਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ? ਬਿਲਕੁਲ ਸਹੀ ਕੀਤਾ ਜਾ ਰਿਹਾ ਹੈ। ਬੀਜੇਪੀ ਨੂੰ ਅਸੀਂ ਵਿਰੋਧ ਕਰਾਂਗੇ, ਅਸੀਂ ਨਹੀਂ ਵੋਟ ਪਾਵਾਂਗੇ। ਕੀ ਮੰਗ ਕੀ ਰਹੇ ਸੀਗੇ? ਮਿਨੀਮਮ ਸਪੋਰਟ ਪ੍ਰਾਈਸ, MSP। ਅਸੀਂ ਜਿਹੜੇ ਕਿਸਾਨ ਦੀ ਦਿੱਤੀ ਹੋਈ ਰੋਟੀ ਖਾਂਦੇ ਹਾਂ, ਬ੍ਰੈਡ ਖਾਂਦੇ ਹਾਂ, ਪੀਜ਼ਾ ਖਾਂਦੇ ਹਾਂ, ਉਹ ਕਿਸਾਨ ਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦੇ ਸਕਦੇ? ਕਿੱਡੀ ਲੰਨ ਦੀ ਗੱਲ ਹੈ। ਉਵੇਂ ਅਸੀਂ ਕਹਿੰਦੇ ਹਾਂ ਕਿਸਾਨ ਸਾਡੀ ਰੀੜ ਦੀ ਹੱਡੀ ਹੈ। ਅੱਜ ਦੇਖੋ ਕਿਸਾਨ ਖੇਤਾਂ ਦੇ ਵਿੱਚ ਹੈ, ਕਣਕ ਵੱਢ ਰਿਹਾ, ਉੱਤੋਂ ਗੜੇ ਪੈ ਜਾਂਦੇ ਆ, ਮੀਂਹ ਆ ਜਾਂਦਾ, ਕਣਕ ਸਿੱਲੀ ਹੋ ਜਾਂਦੀ ਹੈ, ਆੜ੍ਹਤੀਆ ਉਹਨਾਂ ਪ੍ਰਾਈਸ ਨਹੀਂ ਦਿੰਦਾ, ਕਿਸਾਨ ਕਿੱਥੇ ਜਾਵੇ? ਕਿਸਾਨਾਂ ਦੇ ਟਰੈਕਟਰ ਤੱਕ ਇਹਨਾਂ ਨੇ ਸੀਜ਼ ਕਰਤੇ ਤੋੜ 'ਤੇ, ਕਿੱਥੋਂ ਲਵੇਗਾ ਕਿਸਾਨ? ਪਰ ਉਸ ਕੰਮ 'ਚ ਸੂਬਾ ਸਰਕਾਰ ਵੀ ਫੇਲ ਰਹੀ ਹੈ, ਮੁਆਵਜ਼ਾ ਹਲੇ ਤੱਕ ਨਹੀਂ ਮਿਲਿਆ, ਚਾਹੇ ਹੜ੍ਹ ਆਏ ਤਰਨ ਤਾਰਨ ਜਾਂ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ, ਜਾਂ ਫਸਲਾਂ ਖਰਾਬ ਹੋਈਆਂ। ਵੇਖੋ ਮੇਰੀ ਗੱਲ ਸੁਣੋ, ਪੰਜਾਬ ਦੇ ਵਿੱਚ ਇੰਨਾ ਕੁ ਕਰਜ਼ਾ ਚੜ੍ਹ ਚੁੱਕਿਆ ਹੈ ਪੰਜਾਬ ਦੇ ਉੱਤੇ, ਔਰ ਚੜ੍ਹਾਈ ਜਾ ਰਹੇ ਨੇ, ਸਾਨੂੰ ਇਹ ਨਹੀਂ ਸਮਝ ਲੱਗ ਰਹੀ ਅਸੀਂ ਕਿਹੜੀ ਸਰਕਾਰ 'ਤੇ ਵਿਸ਼ਵਾਸ ਕਰੀਏ ਕਿ ਜਿਹੜਾ ਸਾਡੇ ਪੰਜਾਬ ਨੂੰ ਬਚਾ ਸਕਣ। ਕਰਜ਼ਾ ਚੁੱਕੀ ਜਾ ਰਹੇ ਨੇ, ਬੋਰਡ ਲਾਈ ਜਾ ਰਹੇ ਨੇ, ਪ੍ਰਮੋਸ਼ਨ ਕਰੀ ਜਾ ਰਹੇ ਨੇ, ਅਮੀਰ ਨੂੰ ਅਮੀਰ ਬਣਾਈ ਜਾ ਰਹੇ ਨੇ, ਦੂਜੀਆਂ ਪਾਰਟੀਆਂ ਨੂੰ ਸਰੋਪੇ ਪਾਈ ਜਾ ਰਹੇ ਨੇ। ਜੇ ਇਹੋ ਜਿਹਾ ਸਿਸਟਮ ਚੱਲਦਾ ਰਿਹਾ ਪੰਜਾਬ ਵਾਸਤੇ ਕੋਈ ਲੋਇਲ ਨਹੀਂ ਹੈਗਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਹਰ ਕੋਈ ਬੰਦਾ ਆਪਣਾ ਘਰ ਭਰ ਰਿਹਾ ਆ। ਕਾਂਗਰਸ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਪੋਲੀਟੀਕਲ ਸਿਨੈਰੀਓ? ਹੁਣ ਤੱਕ ਕਾਂਗਰਸ ਨੇ ਘਰ ਹੀ ਭਰਿਆ ਆ, ਜਿੰਨੇ ਮਿਨਿਸਟਰ ਆ। ਟਿੱਪਣੀਆਂ ਕਰਕੇ ਆਪਣੇ ਆਪ ਨੂੰ ਚਰਚਾ 'ਚ ਲਿਆਉਣ ਦਾ ਬੜਾ ਇੱਕ ਟ੍ਰੈਂਡ ਚੱਲ ਰਿਹਾ ਹੈ। ਲਾਲਜੀਤ ਭੁੱਲਰ ਨੇ ਜਿਹੜਾ ਸਵਰਨਕਾਰ ਭਾਈਚਾਰਾ ਹੈ, ਰਾਮਗੜੀਆ ਭਾਈਚਾਰਾ ਹੈ, ਉਹਨਾਂ 'ਤੇ ਬੜੀ ਵਿਵਾਦਿਤ ਟਿੱਪਣੀ ਕੀਤੀ, ਔਰ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਨੂੰ ਬਾਬੇ ਨਾਨਕ ਦੇ ਪੰਜੇ ਨਾਲ ਬਿਲਕੁਲ ਗਲਤ ਕੀਤੀ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ, PTC ਨਿਊਜ਼, ਅੰਮ੍ਰਿਤਸਰ।